ਹੈਲੋ ਜੀ ਸਤਿ ਸ਼੍ਰੀ ਅਕਾਲ ਦੋਸਤੋ ਆਪ ਸਭ ਦਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਇਨ ਫਿੰਨਲੈਂਡ ਦੇ ਵਿੱਚ ਮੈਂ ਅਰਦਾਸ ਕਰਦੀ ਆ ਕਿ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਰਾਜੀ ਖੁਸ਼ੀ ਰੱਖੇ ਜਿੱਥੇ ਵੀ ਤੁਸੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਹੈਗੇ ਹੋ ਤੁਹਾਨੂੰ ਸੇਤ ਕਾਮਯਾਬੀ ਬਖਸ਼ੇ ਤੇ ਜਿਵੇਂ ਤੁਹਾਨੂੰ ਅਸੀਂ ਦੱਸਿਆ ਸੀ ਕਿ ਅਸੀਂ ਇੰਡੀਆ ਜਾ ਰਹੇ ਹਾਂ ਤੇ ਅੱਜ ਅਸੀਂ ਪੈਕਿੰਗ ਕਰ ਲਈ ਆਪਣੀ ਡਨ ਤੇ ਤੁਸੀਂ ਵੀ ਸਾਡੇ ਸਫ਼ਰ ਵਾਸਤੇ ਅਰਦਾਸ ਕਰਿਓ ਕਿ ਪ੍ਰਮਾਤਮਾ ਸਾਨੂੰ ਸਹੀ ਸਲਾਮਤ ਲੈ ਕੇ ਜਾਵੇ ਸਹੀ ਸਲਾਮਤ ਵਾਪਸ ਲੈ ਕੇ ਆਵੇ ਕਿਉਂਕਿ ਸਫ਼ਰ ਤੇ ਜਾਣਾ ਜਦੋਂ ਸਫ਼ਰ ਤੇ ਜਾਣਾ ਮੈਨੂੰ ਬਹੁਤ ਟੈਨਸ਼ਨ ਹੁੰਦੀ ਹੈ ਤੇ ਬਾਕੀ ਜੇ ਸਾਡੀ ਵੀਡੀਓ ਨਾ ਵੀ ਆਈ 1-2 ਦਿਨ ਤੱਕ ਤੁਸੀਂ ਫਿਕਰ ਨਾ ਕਰਿਓ ਉਮੀਦ ਤਾਂ ਕਰਾਂਗੇ ਅਸੀਂ ਪਾਈਏ ਵੀਡੀਓ ਨਾਲ ਦੀ ਨਾਲ ਪਰ ਜੇ ਬਾਈ ਦੇਵੇ ਨਾ ਬਣਾ ਸਕੇ ਨਾ ਪਾ ਸਕੇ ਤਾਂ ਇਹ ਸਮਝਿਓ ਕਿ ਅਸੀਂ ਸਫਰ ਦੇ ਵਿੱਚ ਆ ਤੇ ਬਾਕੀ ਮੈਂ ਤੁਹਾਨੂੰ ਦਿਖਾਨੀ ਆ ਪੈਕਿੰਗ ਡਨ ਲਓ ਜੀ ਪੈਕਿੰਗ ਆਪਾਂ ਨੇ ਡਨ ਕਰ ਲਈਏ ਸੇਵਾ ਸੌਣ ਜਾਣ ਦੀ ਤਿਆਰੀ ਹੈ। ਬਾਕੀ ਛੋਟਾ ਮोटा ਜਿਹਾ ਕੁਸਰ ਰਹਿ ਗਿਆ। ਉਹ ਹੌਲੀ ਹੌਲੀ ਪਾਣੇ ਆ। ਤਕਰੀਬਨ ਹੀ ਮੈਂ ਪੈਕਿੰਗ ਕਰ ਚੁੱਕੀ ਆ। ਦੇਖ ਸਕਦੇ ਆ ਤੁਸੀਂ। ਤੇ ਖੁਸ਼ੀ ਵੀ ਬਹੁਤ ਆ ਵੀ ਆਪਣੇ ਦੇਸ਼ ਚੱਲੇ ਆ ਪਰ ਟੈਨਸ਼ਨ ਵੀ ਬਹੁਤ ਆ। ਅੱਗੇ ਸਾਨੂੰ ਲੱਗਦੇ ਸੀ ਹੈਲਸਿੰਗੀ ਤੋਂ 6 ਘੰਟੇ ਪੰਤਾਲੀ ਮੰਟ ਤੇ ਹੁਣ ਮੇਰਾ ਖਲ ਤਕਰੀਬਨ 9 ਸਵਾ 6 ਵਜੇ ਚੱਲਣੀ ਆ ਫਿਨਲੈਂਡ ਟਾਈਮ ਤੇ ਇੰਡੀਆ ਟਾਈਮ 5:25 ਤੇ ਪਹੁੰਚਣੀ ਆ ਤੇ ਸਫ਼ਰ ਥੋੜਾ ਜਿਹਾ ਲੰਬਾ ਹੋ ਗਿਆ ਕਿਉਂਕਿ ਅੱਗੇ ਤੇ ਰਸ਼ੀਆ ਦੇ ਫਰੋਦੀ ਦੰਦਾਂ ਦੀ ਜਹਾਜ਼ ਉਹਨ ਲੜਾਈ ਕਰਕੇ ਨਹੀਂ ਜਾਂਦਾ ਪਤਾ ਨਹੀਂ ਕਿਧਰ ਹੁ ਕਮ ਕਮ ਕੇ ਲੈ ਕੇ ਜਾਏਗਾ ਤੇ ਵਾਕਈਆ ਵੀ ਹੁਣ ਇੰਡੀਆ से भी कोशिश करਾਂਗੇ वीडियो बनाइए बाकी एक दो दिन तो थकावट ही हो जाती है यही सोची था रेस्ट करिए ते बाकी मैं प्राम प्राम ते सारे प्राण ਪਰਮ ਵਾਸਤੇ ਫਿਰ ਦੁਬਾਰਾ ਅਰਦਾਸ ਕਰਦੀ ਆ ਕਿ ਬਰੁਆਤਮਾ ਤੁਹਾਨੂੰ ਰਾਜੀ ਖੁਸ਼ੀ ਰੱਖੇ ਤੇ ਤੁਸੀਂ ਵੀ ਸਾਰੇ ਸਾਨੂੰ ਆਪਣੀਆਂ ਦੁਆਵਾਂ ਦੇ ਵਿੱਚ ਯਾਦ ਰੱਖਿਓ ਕਿ ਸਾਡਾ ਸਫ਼ਰ ਸਹੀ ਸਲਾਮਤ ਗੁਜ਼ਰੇ ਤੇ ਸਹੀ ਸਲਾਮਤ ਨਵੇਂ ਦਿਨਾਂ ਸਿੰਝ ਗਿਆ ਸਿਰਣਾ ਠੀਕ ਠਾਕ ਰਹੀ ਹੈ ਓਕੇ ਦੋਸਤੋ ਆਪਣਾ ਖਿਆਲ ਰੱਖਿਓ ਪਰਮਾਤਮਾ ਤੁਹਾਨੂੰ ਸੰਭਾਲ ਕੇ ਰੱਖੇ ਸਾਰਿਆਂ ਨੂੰ ਤੇ ਤੁਸੀਂ ਕਹਿਣਾ ਵੀਰਕ ਸਾਹਿਬ ਕੁਛ ਗੋਡ ਬਲੈਸ ਯੂ एवरीवन ਓਕੇ ਜੀ ਅਗਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਏ ਇਹਨੂੰ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਬੈਲ ਵਾਲਾ ਬਟਨ ਜਰੂਰ ਪ੍ਰੈਸ ਕਰਿਓ ਤਾਂ ਕਿ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਹਰ ਹਾਲ ਵਿੱਚ ਮਿਲ ਸਕੇ ਓਕੇ ਜੀ ਗੋਡ ਬਲੈਸ ਯੂ ਆਲ ਬਾਏ